ਅਸਲਾਮੁ ਅਲੈਕੁਮ, ਵੈਲਕਮ ਟੂ ਨਿਊ ਵਲੌਗ। ਸਦਾ ਹੱਸਦੇ ਰਹੋ, ਵੱਸਦੇ ਰਹੋ, ਸ਼ਾਦ ਰਹੋ ਅਤੇ ਆਬਾਦ ਰਹੋ। ਆਮੀਨ ਸੁਮਾਮੀਨ। ਮਾਸ਼ਾਅੱਲਾ ਜੀ, ਟਾਈਮ ਹੋ ਗਿਆ ਤਕਰੀਬਨ 10 ਵੱਜ ਚੁੱਕੇ ਨੇ ਅਤੇ ਅੱਜ ਜੀ ਮੈਂ ਕੋਲਜ ਨਹੀਂ ਗਈ। ਠੀਕ ਹੈ, ਕੋਲਜ ਇਸ ਵਾਸਤੇ ਨਹੀਂ ਗਈ ਕਿਉਂਕਿ ਸ਼ੁਕਰ ਅਲਹਮਦੁਲਿਲਾ, ਅੱਲਾ ਦਾ ਲੱਖ ਅਤੇ ਕਰੋੜ ਵਾਰੀ ਸ਼ੁਕਰ ਹੈ, ਅੱਜ ਮੇਰਾ ਆਖਰੀ ਪ੍ਰੈਕਟੀਕਲ। ਇੱਕ ਤਾਂ ਮੈਨੂੰ ਆਹ 10ਵੀਂ ਦੇ ਪੇਪਰ ਲੈ ਕੇ ਬਹਿ ਗਿਆ, ਮੁੱਕਣ ਦਾ ਤਾਂ ਨਾਮ ਹੀ ਨਾ ਲੈਣ ਦਾ। ਜਦੋਂ ਵੇਖੋ ਕਦੀ ਪ੍ਰੈਕਟੀਕਲ ਆ ਗਿਆ, ਕਦੀ ਪੇਪਰ ਆ ਗਿਆ, ਕਦੀ ਇਹ ਹੋ ਗਿਆ, ਕਦੀ ਉਹ ਹੋ ਗਿਆ। ਅਤੇ ਅੱਜ ਤਾਂ ਨਾ ਜਿਹੜੀ ਸਹੀ ਵਾਲੀ ਬੰਦੇ ਨੂੰ ਆਜ਼ਾਦੀ ਮਿਲ ਜਾਂਦੀ ਨਾ ਇੱਕ ਕਲਾਸ ਤੋਂ, ਉਹ ਵਾਲੀ ਮਿਲ ਜਾਣੀ ਮੈਨੂੰ। ਠੀਕ ਹੈ, ਅੱਜ ਸਮਝ ਲਓ ਮੇਰਾ ਆਜ਼ਾਦੀ ਡੇ ਆ। ਅੱਛਾ, ਜਿਹੜਾ ਅੱਜ ਮੈਂ ਮਨਾਉਣਾ ਵਾ, ਪਰ ਹਲੇ ਨਹੀਂ, ਹਲੇ 11:30 ਵਜੇ ਮੇਰਾ ਪ੍ਰੈਕਟੀਕਲ ਸਟਾਰਟ ਹੋਣਾ ਵਾ, ਕਿਉਂਕਿ ਅੱਜ ਵਾਲਾ ਪ੍ਰੈਕਟੀਕਲ ਜਿਹੜਾ ਨਾ ਸੈਕਿੰਡ ਟਾਈਮ ਹੈ ਬਾਇਓ ਦਾ ਹੈ ਨਾ ਇਸ ਵਾਸਤੇ, ਅਤੇ ਕੰਪਿਊਟਰ ਵਾਲੇ ਬੱਚਿਆਂ ਦਾ ਥਰਡ ਟਾਈਮ ਹੋਵੇਗਾ ਇਸ ਵਾਸਤੇ। ਜਿਹੜਾ ਨਾ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਸ਼ੁਕਰ ਅਲਹਮਦੁਲਿਲਾ ਜਾਨ ਛੁੱਟ ਜਾਣੀ ਹੈ, ਪਰ ਇਹ ਜਾਨ ਨਾ ਅੜ ਅੜ ਕੇ ਹੀ ਛੁੱਟਣੀ ਹੈ। ਮੈਨੂੰ ਤਾਂ ਸਮਝ ਨਹੀਂ ਆਉਂਦੀ ਸੀ ਪਹਿਲੇ, ਮੈਂ ਕਿਹਾ ਸ਼ਾਇਦ ਚਲੋ ਪੇਪਰ ਹੋ ਗਿਆ ਤਾਂ ਜਾਨ ਛੁੱਟ ਗਈ, ਫਿਰ ਬਾਅਦ 'ਚ ਮੈਨੂੰ ਪਤਾ ਚੱਲਿਆ ਹਲੇ ਪ੍ਰੈਕਟੀਕਲ ਹੋਣੇ ਨੇ। ਹੁਣ ਪ੍ਰੈਕਟੀਕਲ ਹੋਣੇ ਨੇ ਤੇ ਮੇਰੀ ਜਾਨ ਛੁੱਟਣੀ, ਕਿਤੇ ਮੈਨੂੰ ਸੁੱਖ ਦਾ ਸਾਹ ਆਣਾ ਨਹੀਂ। ਠੀਕ ਹੈ, ਅਤੇ ਬਾਕੀ ਜੀ ਸਾਰੇ ਸਾਡੇ ਘਰ ਦੇ ਹਾਲਾਤੋਂ ਵਾਕਿਆ ਚੇਂਜ ਹੋ ਗਏ ਨੇ, ਜਿਵੇਂ ਕਿ ਤੁਸੀਂ ਪਿਛਲੇ ਵਲੋਗ 'ਚ ਵੇਖਿਆ ਹੋਣਾ, ਅਸੀਂ ਸਾਰਾ ਘਰ ਜਿਹੜਾ ਨਾ ਮੁਕੰਮਲ ਢਾ ਲਿਆ ਵਾ। ਹੁਣ ਤਾਂ ਕੁਛ ਸਮਝ ਨਹੀਂ ਆਉਂਦੀ ਅੱਧਾ ਸਮਾਨ ਕਿੱਥੇ ਵਾ ਅਤੇ ਅੱਧਾ ਕਿੱਥੇ ਵਾ। ਅਤੇ ਅੱਜ ਮੈਨੂੰ, ਮੈਂ ਤਾਂ ਰੋਣ ਵਾਲੀ ਹੋ ਗਈ, ਮੇਰੀ ਤਾਂ ਕਾਪੀ ਨਹੀਂ ਲੱਭਣ ਦੀ ਸੀ ਨਾ ਰੋਲ ਨੰਬਰ ਸਲਿੱਪ। ਰੋਲ ਨੰਬਰ ਸਲਿੱਪ ਤਾਂ ਮੈਨੂੰ ਪਤਾ ਸੀ ਨਾ, ਮੈਂ ਖੁਦ ਹੀ ਰੋਲ ਨੰਬਰ ਸਲਿੱਪ 'ਚ ਪਾ ਕੇ ਰੱਖੀ ਸੀ। ਮੈਂ ਕਿਹਾ ਰੋਲ ਨੰਬਰ ਸਲਿੱਪ ਅਗਰ ਕਿਤੇ ਇੱਧਰ ਉੱਧਰ ਹੋ ਗਈ ਨਾ, ਜਿਹੜਾ ਪ੍ਰੈਕਟੀਕਲ ਹੋਣਾ ਉਹ ਵੀ ਕੋਈ ਨਹੀਂ ਹੋਣਾ। ਫਿਰ ਜੀ ਮੇਰੀ ਆ ਵੇਖੋ ਜੀ, ਇਹ ਪ੍ਰੈਕਟੀਕਲ ਦੀ ਕਾਪੀ ਲੱਭੀ ਆਖਰਕਾਰ। ਠੀਕ ਹੈ, ਅਤੇ ਇਹਦੇ ਵਿੱਚ ਮੇਰੀ ਰੋਲ ਨੰਬਰ ਸਲਿੱਪ ਵੀ ਹੈਗੀ। ਮੈਂ ਕਿਹਾ ਸ਼ੁਕਰ ਹੈ ਮੇਰੀਆਂ ਚੀਜ਼ਾਂ ਲੱਭ ਗਈਆਂ, ਅਗਰ ਮੇਰੀਆਂ ਚੀਜ਼ਾਂ ਨਾ ਪੂਰੀਆਂ ਹੋਈਆਂ ਨਾ ਤਾਂ ਫਿਰ ਬਸ। ਇਹ ਭਗਵਾਨ ਕਿਆ ਜ਼ੁਲਮ ਹੈ। ਅਤੇ ਬਾਕੀ ਪੈਨਸਲਾਂ ਪੂਨਸਲਾਂ ਤਾਂ ਬੰਦਾ ਚਲੋ ਜਿਹੜੀਆਂ ਹੋਣੀ ਯੂਜ਼ ਕਰਨ ਦੀਆਂ ਉਹੀ ਲੈ ਜਾਂਦਾ ਵਾ। ਠੀਕ ਹੈ, ਅਤੇ ਹੁਣ ਜਿਹੜਾ ਨਾ, ਅਸਲਾਮ ਅਲੈਕੁਮ ਪਾਪਾ। ਵਾਲੇਕੁਮ ਸਲਾਮ, ਕਿਆ ਹਾਲ ਹੈ? ਠੀਕ ਹੈ। ਅਤੇ ਬਾਕੀ ਜੀ ਹੁਣ ਜਿਹੜਾ ਨਾ ਕੋਈ ਵੀ ਕਾਰ ਨਹੀਂ ਹੈ ਆਹ ਜਿਹੜਾ, ਮਤਲਬ ਮੈਂ ਪਹਿਲੇ ਵੀ ਹੁਣ ਜਿਵੇਂ ਕਿ ਤੁਹਾਨੂੰ ਪਤਾ 10th 'ਚ ਵੀ ਮੈਂ 2 ਮਹੀਨੇ ਪੂਰੇ ਘਰ ਰਹੀ ਹਾਂ। ਠੀਕ ਹੈ, ਅਤੇ ਹੁਣ ਵੀ ਫਿਰ ਜਿਹੜਾ ਨਾ ਛੁੱਟੀ ਕਰਨ ਨੂੰ ਤਾਂ ਦਿਲ ਹੀ ਨਹੀਂ ਕਰਦਾ, ਉੱਤੋਂ ਸੈਚਰਡੇ ਵੀ ਦੀ ਵੀ ਛੁੱਟੀ ਹੁੰਦੀ, ਫਿਰ 3-3 ਛੁੱਟੀਆਂ ਹੋ ਜਾਂਦੀਆਂ ਨੇ। ਮਤਲਬ ਇੱਕ ਅੱਜ ਇੱਕ ਜਿਵੇਂ ਕਿ ਸਮਝ ਲਓ ਅੱਜ ਖੁਦ ਕਰਨੀ ਪੈ ਗਈ, ਇੱਕ ਫਿਰ ਸੈਚਰਡੇ ਦੀ ਹੋ ਜਾਣੀ, ਇੱਕ ਸੰਡੇ ਦੀ ਹੋ ਜਾਣੀ, ਇੱਕ ਹਫ਼ਤੇ 'ਚ 3 ਤਾਂ ਛੁੱਟੀਆਂ ਆ ਗਈਆਂ, ਅਤੇ ਕਰਨਾ ਕੀ ਹੈ ਫਿਰ। ਅਤੇ ਬਾਕੀ ਜੀ ਮੰਮਾ ਨੂੰ ਕਿਹਾ, ਮੰਮਾ ਜੀ ਫਟਾਫਟ ਹੋ ਜਾਓ ਆਲਰੇਡੀ, 11:30 ਵਜੇ ਪ੍ਰੈਕਟੀਕਲ ਸਟਾਰਟ ਹੋ ਜਾਣਾ। ਚੱਲ ਝੂਠਾ, ਸਾਡੇ ਪਿੰਡ 'ਚ ਛੇਤੀ ਰਕਸ਼ਾ ਵੀ ਕੋਈ ਨਹੀਂ ਲੱਭਦਾ ਹੈਗਾ। ਠੀਕ ਹੈ, ਅਤੇ ਹੁਣ ਜੀ ਮੇਰੇ ਕੋਲ ਵੇਖਦੇ ਹਾਂ ਕਿਹੜੀਆਂ ਕਿਹੜੀਆਂ ਪੈਨਸਲਾਂ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਹੈ ਨੇ, ਕਿਉਂਕਿ ਪੈਨ 'ਚ ਇੱਕ ਤਾਂ ਟਾਈਮ ਦੇ ਟਾਈਮ 'ਤੇ ਇੰਕ ਖਤਮ ਹੋਣੀ ਹੁੰਦੀ ਹੈ, ਬੰਦਾ ਆਪਦੇ ਫੋਰੀ ਵੇਖ ਲਵੇ ਚੀਜ਼ਾਂ ਨੂੰ ਅਤੇ ਨਾ ਕੋਈ ਇੰਨੀ ਪਰੇਸ਼ਾਨੀ ਹੋਵੇ। ਤੋਬਾ, ਮੇਰੇ ਬੈਗ ਦਾ ਵੀ ਬੁਰਾ ਹਾਲ ਹੋਇਆ ਹੋਇਆ ਵਾ। ਇੱਧਰ ਵੇਖੋ, ਅਸਤਗਫਿਰੁੱਲਾ, ਕੀ ਕੁਛ ਵਿੱਚ ਰੱਖਿਆ ਵਾ। ਹਾਏ, ਮਾਰਕਲ ਤਾਂ ਮੇਰੇ ਕੋਲ ਹੈ ਕੋਈ ਮਾਰਕਲ। ਹਾਏ ਮੰਮਾ ਜੀ, ਮਾਰਕਲ ਨਹੀਂ ਹੈ ਮੇਰੇ ਪਾਸ। ਇਹ ਮੰਮਾ ਖਰਾਬ ਹੈ, ਇਹ ਖਰਾਬ ਹੈ। ਚਲੋ ਠੀਕ ਹੈ, ਚਲੋ ਜੀ ਹੁਣ ਮੰਮਾ ਪਾਪਾ ਵਾਸਤੇ ਲੈ ਆਈ ਜੀ ਨਾਸ਼ਤਾ। ਠੀਕ ਹੈ, ਆਪਾਂ ਆਪਦਾ ਪੈਨ ਕੱਢ ਲਿਆ ਵਾ, ਅਤੇ ਬਾਕੀ ਹੁਣ ਜਿਹੜੀਆਂ ਚੀਜ਼ਾਂ ਚੀਜ਼ਾਂ ਨੇ ਉਹ ਪੂਰੀਆਂ ਕਰੀਏ, ਪਾਊਚ ਕੋਈ ਨਹੀਂ ਲੈ ਕੇ ਜਾਣਾ। ਇੱਕ ਪੈਨ ਅਤੇ ਇੱਕ ਮਾਰਕਲ ਦੀ ਉੱਥੇ ਜ਼ਰੂਰਤ ਹੁੰਦੀ ਆ, ਵੱਧ ਤੋਂ ਵੱਧ ਸਕੇਲ ਦੀ ਜ਼ਰੂਰਤ ਹੁੰਦੀ, ਸਕੇਲ ਦੀ ਵੀ ਕੋਈ ਨਹੀਂ ਉੱਥੇ ਇੰਨੀ ਜ਼ਰੂਰਤ ਪੈਂਦੀ। ਐਵੇਂ ਇੰਨਾ ਭਾਰ ਚੁੱਕ ਕੇ ਲੈ ਕੇ ਜਾਓ ਅਤੇ ਭਾਰ ਚੁੱਕ ਕੇ ਆਓ, ਇਸ ਵਾਸਤੇ ਜਿਹੜੀਆਂ ਨਾ ਹੁਣ ਆਪਣੀਆਂ ਚੀਜ਼ਾਂ ਚੂਜ਼ਾਂ ਪੂਰੀਆਂ ਕਰੀਏ। ਅਤੇ ਮੰਮਾ ਜੀ ਹੁਣ ਜਲਦੀ ਕਰ ਲਓ, 10 ਵੱਜ ਗਏ। ਹਾਂਜੀ ਚਲੋ, ਚਲੋ
ਮੰਮਾ ਤਾਂ ਐਵੇਂ ਹੀ ਤਰ ਪਏ ਨੀ, ਮੰਮਾ ਕਹਿੰਦੀ ਮੈਂ ਤਿਆਰ ਹੀ ਹਾਂ। ਚੱਲ ਝੂਠਾ। ਚਲੋ ਹੁਣ ਫਿਰ ਜਿਹੜਾ ਨਾ ਚੀਜ਼ਾਂ ਚੂਜ਼ਾਂ ਪੂਰੀਆਂ ਕਰੀਏ ਆਪਦੀਆਂ। A few moments later. ਅਸ਼ਾਰਾ ਜੀ ਹੁਣ ਮੈਂ ਰੈਡੀ ਹੋ ਗਈ ਹਾਂ ਅਤੇ ਮੰਮਾ ਵੀ ਤਿਆਰ ਹੋ ਗਏ ਨੇ, ਹੁਣ ਅਸੀਂ ਚੱਲੇ ਹਾਂ ਜੀ ਪ੍ਰੈਕਟੀਕਲ ਦੇਣ। ਕਾਫੀ ਦੇਰ ਹੋ ਗਈ, ਠੀਕ ਹੈ ਮੈਂ ਮੰਨ ਕੇ ਮੰਮਾ ਜੀ ਹੁਣ ਆ ਜਾਓ, ਵਾਵਾ ਦੇਰ ਹੋ ਗਈ ਹੋਈ। ਮੰਮਾ ਕਹਿੰਦੀ ਚਲੋ ਪੁੱਤਰ ਮੈਂ ਆ ਨਹੀਂ ਤੇ ਆ, ਵੇਖੋ ਜੀ ਪਾਣੀ ਵਾਲੀ ਬੋਤਲ ਕੱਢ ਲਈ, ਪਾਣੀ ਵਾਲੀ ਬੋਤਲ 'ਚ ਬਰਫ਼ ਬਣੀ ਹੋਈ ਹੈ, ਕਿਉਂ ਮੇਰਾ ਜਿਹੜਾ ਗਲਾ ਥੋੜ੍ਹਾ ਥੋੜ੍ਹਾ ਉਵੇਂ ਹੀ ਖਰਾਬ ਹੈ, ਉੱਤੋਂ ਐਡਾ ਠੰਡਾ ਪਾਣੀ ਪੀ ਕੇ ਬੰਦਾ ਪੁੱਛੇ ਜਾਣਾ ਕਿੱਥੇ ਆ, ਠੀਕ ਹੈ। ਅਤੇ ਬਾਕੀ ਜੀ ਅੱਜ ਜਿਵੇਂ ਨਾ ਪ੍ਰੈਕਟੀਕਲ ਹੋ ਜਾਣਾ ਵਾ, ਤੁਸੀਂ ਮੇਰੇ ਵਾਸਤੇ ਦੁਆ ਕਰਾ ਜੇ ਮੇਰਾ ਸੋਹਣਾ ਸੋਹਣਾ ਰਿਜ਼ਲਟ ਆਵੇ। ਆਮੀਨ ਸੁਮ ਆਮੀਨ। ਮੈਨੂੰ ਮੇਨ ਟੈਨਸ਼ਨ ਲੱਗੀ ਹੋਈ ਮੇਰਾ ਰਿਜ਼ਲਟ, ਠੀਕ ਹੈ ਰਿਜ਼ਲਟ ਜਿਹੜਾ ਨਾ ਜਲਦੀ ਆ ਜਾਣਾ ਵਾ, ਕਹਿਣ ਜਾ ਰਿਹਾ 30 ਤਾਰੀਖ ਨੂੰ ਆਉਣਾ ਵਾ, ਪਤਾ ਨਹੀਂ ਕਿਹੜੀ 23 ਤਾਰੀਖ ਨੂੰ, ਠੀਕ ਹੈ। ਅਤੇ ਤੁਸੀਂ ਮੇਰੇ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਦੁਆ ਕਰਨੀ ਕਿ ਮੇਰਾ ਅੱਛਾ ਅੱਛਾ ਰਿਜ਼ਲਟ ਆਵੇ, ਠੀਕ ਹੈ। ਅਤੇ ਚਲੋ ਜੀ ਹੁਣ ਅਸੀਂ ਚੱਲੀ ਹਾਂ ਜੀ ਪ੍ਰੈਕਟੀਕਲ ਦੇਣ, ਠੀਕ ਹੈ। ਮੰਮਾ ਨੂੰ ਕਹਿੰਦੇ ਮੰਮਾ ਜੀ ਹੁਣ ਆ ਜਾਓ, ਸਵਾ ਦੇਰ ਹੋ ਗਈ, ਠੀਕ ਹੈ। ਅਤੇ ਚਲੋ ਜੀ ਹੁਣ ਪ੍ਰੈਕਟੀਕਲ ਦੇਣ ਚੱਲਣਾ, ਤੁਸੀਂ ਦੁਆ ਕਰਿਆ ਜੇ ਸੋਹਣਾ ਸੋਹਣਾ ਮੇਰਾ ਪ੍ਰੈਕਟੀਕਲ ਹੋਵੇ। ਅਤੇ ਜਿਹਨਾਂ ਜਿਹਨਾਂ ਦੇ ਹੋ ਰਹੇ ਨੇ ਅਤੇ ਜਿਹੜੇ ਜਿਹੜੇ ਭੈਣ ਭਰਾਵਾਂ ਨੇ 10ਵੀਂ ਦੇ 9ਵੀਂ ਦੇ ਪੇਪਰ ਦਿੱਤੇ, ਮੇਰੀ ਵੀ ਦਿਲ ਨਾਲ ਦੁਆ ਹੈ ਕਿ ਅੱਲਾਹ ਤਾਲਾ ਉਹਨਾਂ ਨੂੰ ਅੱਛੇ ਨੰਬਰਾਂ ਨਾਲ ਪਾਸ ਕਰੇ। ਆਮੀਨ ਸੁਮ ਆਮੀਨ। ਅਤੇ ਚਲੋ ਜੀ ਹੁਣ ਅਸੀਂ ਚੱਲੇ ਜੀ ਪ੍ਰੈਕਟੀਕਲ ਦੇਣ। ਮਾਸ਼ਾਅੱਲਾ ਜੀ ਹੁਣ ਅਸੀਂ ਤਕਰੀਬਨ ਸ਼ਹਿਰ ਪਹੁੰਚਣ ਵਾਲੇ ਹਾਂ। ਤੋਬਾ ਤੋਬਾ, ਇੰਨਾ ਜ਼ਲੀਲ ਹੋਣਾ ਪੈਂਦਾ ਵਾ, ਇੰਨੀ ਗਰਮੀ ਹੈ ਉੱਤੋਂ। ਤੋਬਾ ਅਸਤਗਫਿਰੁੱਲਾਹ, ਇੱਕ ਰਸ਼ਕਿਆਂ ਵਾਲੇ ਰਸ਼ਕਾਂ ਨੇ ਛੇਤੀ ਸਟਾਰਟ ਕਰਦੇ ਹੈਗੇ, ਫਿਰ ਅਸੀਂ ਇਹਨੇ ਕਿਰਾਏ ਵੀ ਮੰਗ ਲੈਣੇ ਨੇ। ਤੋਬਾ ਤੋਬਾ, ਅੱਜ ਤਾਂ ਰੋਲ ਰੋਲ ਕੇ ਵਾਪਸ ਆਇਆ। ਵੇਖੋ ਜੀ ਇਹ ਸਾਡੇ ਸਾਰਾ ਸ਼ਹਿਰ ਦਾ ਸੀਨ ਹੈ, ਠੀਕ ਹੈ। ਬੜੇ ਵਕਤਾਂ ਨਾਲ ਹੀ ਅਸੀਂ ਤਾਂ ਸ਼ਹਿਰ ਪਹੁੰਚੀਆਂ ਵਾ, ਘੰਟਾ ਸਾਨੂੰ ਰੁਕਣਾ ਪਿਆ ਵਾ, ਠੀਕ ਹੈ, ਆਪਦੇ ਪਿੰਡ ਦੇ ਸਟੋਪ 'ਤੇ, ਕਿਉਂਕਿ ਉੱਥੇ ਰੁਕਾਂਗੇ ਤਾਂ ਫਿਰ ਹੀ ਕੋਈ ਰਿਸ਼ਕਾ ਟਾਈਮ ਨਾਲ ਲੱਭਣਾ ਹੈਗਾ। A few inches later. ਲਓ ਜੀ ਹੁਣ ਸਾਡਾ ਹੋ ਗਿਆ ਜੀ ਆਖਰਕਾਰ ਪ੍ਰੈਕਟੀਕਲ, ਠੀਕ ਹੈ, ਸ਼ੁਕਰ ਅਲਹਮਦੁਲਿਲਾ, ਬਹੁਤ ਜੁੱਤਰਿਆ। ਇਹ ਵੇਖੋ ਜੀ ਕਿੱਡੀ ਸੋਹਣੀ ਟ੍ਰੇਨ ਜਾ ਰਹੀ ਹੈ, ਠੀਕ ਹੈ। ਅੱਜ ਤਾਂ 2-3 ਟ੍ਰੇਨਾਂ ਮੈਂ ਵੇਖ ਲਈਆਂ ਨੇ ਸ਼ਹਿਰ। ਇੱਧਰ ਵੇਖੋ ਵੇ, ਤੂੰ ਭੱਜੀ ਜਾਂਦੀ ਭੱਜੀ ਜਾਂਦੀ ਭੱਜੀ ਜਾਂਦੀ, ਸਹੀ ਹੈ। ਅਤੇ ਆਹ ਵੇਖੋ ਰੇਹੜੀਆਂ ਵਾਲੇ ਬੈਠੇ ਹੋਏ ਨੇ, ਆਪਦੇ ਆਪਦਾ ਫਲ ਫਰੂਟ ਵੇਚਣ। ਲਓ ਜੀ ਹੁਣ ਅਸੀਂ ਆ ਕੇ ਬਹਿ ਗਏ ਹਾਂ ਜੀ ਰਿਸ਼ਕੇ 'ਚ। ਇੰਨਾ ਇੰਤਜ਼ਾਰ ਕਰਨਾ ਪੈਂਦਾ ਹੈ ਨਾ ਇੱਥੇ ਵੀ। ਇਹ ਮੰਮਾ ਨੇ ਲੈ ਕੇ ਦਿੱਤੀ ਸੀ ਮੈਨੂੰ ਬੋਤਲ, ਠੀਕ ਹੈ, ਕੋਕ ਦੀ ਬੋਤਲ ਲੈ ਕੇ ਦਿੱਤੀ ਸੀ। ਇਹ ਮੈਂ ਅਤੇ ਮੇਰੀ ਮੰਮਾ ਨੇ ਮਿਲ ਕੇ ਪੀਤੀ ਹੈ, ਹਲੇ ਬਚ ਗਈ ਸੀ, ਬਾਕੀ ਆਹ ਸਾਰਾ ਸਮਾਨ ਲਿਆ ਮੰਮਾ ਨੇ, ਠੀਕ ਹੈ। ਇਹ ਵੇਖੋ ਜੀ ਆਹ ਸ਼ਹਿਰ ਸਾਡਾ, ਸ਼ਹਿਰ ਸਾਡਾ। ਲਓ ਜੀ ਹੁਣ ਅਸੀਂ ਚੱਲੇ ਹਾਂ ਜੀ ਵਾਪਸ ਘਰ, ਸ਼ੁਕਰ ਹੈ। ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ ਘਰ ਪਹੁੰਚਣ ਦੀ, ਠੀਕ ਹੈ। ਘਰ ਬੰਦਾ ਪਹੁੰਚ ਜਾਵੇ ਨਾ ਅਤੇ ਦਿਲ ਨੂੰ ਠੰਡਕ ਆ ਜਾਂਦੀ, ਜਿੰਨਾ ਮਰਜ਼ੀ ਬਾਹਰ ਫਿਰ ਲਓ ਘਰ ਘਰ ਹੀ ਹੈ, ਜਿਵੇਂ ਲੋਕ ਕਹਿੰਦੇ ਨਾ ਲੋੜ ਲੋੜ ਹੀ ਹੈ, ਉਵੇਂ ਘਰ ਘਰ ਹੀ ਹੈ, ਠੀਕ ਹੈ। ਜਿਵੇਂ ਮਰਜ਼ੀ ਰਹਿ ਲਓ, ਜਿਵੇਂ ਜੋ ਮਰਜ਼ੀ ਕਰ ਲਓ, ਘਰ ਘਰ ਹੀ ਹੈ, ਠੀਕ ਹੈ। ਆਹ ਵੇਖੋ ਮਾਸ਼ਾਅੱਲਾ ਕਿੱਡੀਆਂ ਸੋਹਣੀਆਂ ਫਸਲਾਂ, ਦਰਖਤ, ਠੀਕ ਹੈ। ਆਹ ਵੇਖੋ ਜੀ ਐਵੇਂ ਦੇ ਘਰ ਹੁੰਦੇ ਸੀ ਪਹਿਲੇ ਜ਼ਮਾਨੇ 'ਚ, ਇੱਟਾਂ ਨਹੀਂ ਹੁੰਦੀਆਂ, ਪਰ ਉਦੋਂ ਕੱਚੀਆਂ ਇੱਟਾਂ ਦੇ ਘਰ ਹੁੰਦੇ ਸੀ। ਇਹ ਮੈਨੂੰ ਬੜਾ ਸੋਹਣਾ ਸੀ ਲੱਗਦਾ ਇੱਧਰ ਵੇਖੋ, ਵਾਹ, ਠੀਕ ਹੈ। ਆਹ ਵੇਖੋ ਫਸਲਾਂ, ਐਵੇਂ ਬੰਦਾ ਦਰਖਤਾਂ ਦੀਆਂ ਛਾਵਾਂ 'ਚ ਪਵੇ, ਪਰ ਧੁੱਪ ਬਹੁਤ, ਗਰਮੀ ਬਹੁਤ, ਛਾਂ 'ਚ ਜਿੰਨਾ ਮਰਜ਼ੀ ਬੰਦਾ ਬਹਿ ਲਵੇ, ਗੱਲ ਉੱਥੇ ਹੀ ਆਇਆ ਨਹੀਂ, ਠੀਕ ਹੈ। ਅਤੇ ਹੁਣ ਜਿਹੜਾ ਨਾ ਘਰ ਜਾਣ ਵਾਸਤੇ ਨਾ ਜਿੰਨੇ ਸਾਨੂੰ ਤਰਲੇ ਕਰਨੇ ਪੈਂਦੇ ਨੇ ਨਾ ਪਿੰਡਾਂ ਵਾਲਿਆਂ ਨੂੰ, ਠੀਕ ਹੈ, ਉਹਨੇ ਕਿਸੇ ਨੇ ਨਹੀਂ ਕਰਨੇ ਪੈਂਦੇ। ਇਹ ਵੇਖੋ ਜੀ ਆਹ ਆ ਗਿਆ ਜੀ ਪੱਠਾ। ਅੱਛਾ, ਇੱਥੇ ਬਣਦੀਆਂ ਨੇ ਜੀ ਇੱਟਾਂ ਜਿਨ੍ਹਾਂ ਨਾਲ ਆਪਾਂ ਘਰ ਬਣਾਈ ਦੇ ਨੇ, ਠੀਕ ਹੈ। ਇਹ ਵੇਖੋ ਜੀ ਉਹਨਾਂ ਵਾਸਤੇ ਉਹਨਾਂ ਨੇ ਢਾਬਾ ਲਾਇਆ ਹੋਇਆ। ਵਾਹ 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 ਵਾਹ, ਚਲੋ ਹੁਣ ਘਰ ਪਹੁੰਚ ਲਈਏ ਇੱਕ ਵਾਰੀ।
ਐਟ ਲਾਸਟ ਅਸੀਂ ਜੀ ਘਰ ਪਹੁੰਚ ਗਏ ਹਾਂ। ਇੰਨੀ ਜ਼ਿਆਦਾ ਗਰਮੀ ਦੋ ਦਿਨਾਂ ਦੇ ਵਿੱਚ ਮੌਸਮ ਨਾ, ਮੈਂ ਤੁਹਾਨੂੰ ਕੀ ਦੱਸਾਂ ਕੀ ਹੋ ਗਿਆ ਮੌਸਮ ਨੂੰ। ਠੀਕ ਹੈ, ਇਹ ਮੂੰਹ ਸੇ ਸੁਪਾਰੀ ਨਿਕਲ ਕੇ ਬਾਤ ਕਰ ਰਹੇ ਬਾਬਾ। ਤੇ ਬਾਕੀ ਜੀ ਅੱਜ ਆਉਂਦਿਆਂ ਹੋਇਆ ਮੇਰੀ ਮੰਮਾ ਨੇ ਸਾਨੂੰ ਮੈਨੂੰ ਬਲਕਿ ਕਿਉਂਕਿ ਮੈਂ ਗਈ ਸੀ ਨਾ, ਮੰਮਾ ਲੈ ਕੇ ਦਿੱਤੀਆਂ ਜੀ ਮਿਚਲ ਦੀਆਂ ਟੋਫੀਆਂ। ਠੀਕ ਹੈ, ਮੈਂ ਇੱਕ ਖਾਧੀ ਸਾਰੇ ਰਸਤੇ ਮੇਰਾ ਮੂੰਹ ਦਾ ਜ਼ੈਕਾ ਆਹਾ ਮਜ਼ਾ ਆ ਗਿਆ। ਮੇਰੀ ਮੰਮਾ ਕਹਿੰਦੀ ਬੇਟਾ ਹਲੇ ਤਾਂ ਉਵੇਂ ਦੀਆਂ ਹੈ ਹੀ ਨਹੀਂ, ਕਿਉਂਕਿ ਜ਼ਾਹਰੀ ਜਿਹੀ ਗੱਲ ਹੈ ਜਿਹੋ ਜਿਹਾ ਦੌਰ ਆ ਗਿਆ ਵਾ। ਮੰਮਾ ਕਹਿੰਦੀ ਜਿਹੜੇ ਦੌਰ 'ਚ ਸਾਡੇ ਸੀ ਨਾ ਮਿਚਲ ਦੀਆਂ ਟਾਫੀਆਂ, ਬੰਦਾ ਇੱਕ ਖਾ ਕੇ ਪਾਣੀ ਦਾ ਘੁੱਟ ਪੀ ਲਿਆ ਤਾਂ ਸਹਿਜ ਲੱਗਦਾ ਜਿਵੇਂ ਟੇਡਾ ਫਰ ਗਿਆ। ਚੱਲ ਝੂਠਾ, ਤੇ ਹੁਣ ਤਾਂ ਉਵੇਂ ਦੀਆਂ ਹੈ ਹੀ ਨਹੀਂ। ਮੈਂ ਇੱਕ ਖਾਧੀ ਟਾਫੀ, ਮੇਰਾ ਤਾਂ ਦਿਲ ਖੁਸ਼ ਹੋ ਗਿਆ। ਮੈਂ ਘਰ ਆ ਕੇ ਇੱਕ ਹੋਰ ਲਈ, ਫਿਰ ਪਾਪਾ ਨੂੰ ਵੀ ਦੋ ਦਿੱਤੀਆਂ। ਠੀਕ ਹੈ, ਪਾਪਾ ਜੀ ਪਾਪਾ ਜੀ ਆਪਕੋ ਮਾਰੀ ਮਿਚਲ ਕੀ ਟੋਫੀਆਂ ਕੈਸੀ ਲਗੀ? ਪਿਛਲੇ ਪ੍ਰੈਕਟੀਕਲ ਦੇ ਮੰਮਾ ਨੇ ਕਿਹਾ ਸੀ ਪੁੱਤਰ ਤੂੰ ਯਾਦ ਕਰਾਈ, ਫਿਰ ਮੈਨੂੰ ਸਵੇਰੇ ਆਮਨਾ ਨੇ ਯਾਦ ਕਰਾਇਆ। ਮੈਂ ਕਿਹਾ ਚਲੋ ਬਸ ਹੁਣ ਫਿਰ ਤਾਂ ਲੈ ਕੇ ਹੀ ਆਉਣੀਆਂ। ਤੇ ਉਹ ਫਿਰ ਮੰਮਾ ਨੇ ਕਿਹਾ ਮੰਮਾ ਜੀ ਉਹ ਨਾ ਹੁੰਦੇ ਨਾ ਮਿਚਲ ਕੀ ਟੋਫੀਆਂ ਲੈਣੀਆਂ। ਅੰਮਾ ਕਹਿੰਦੀ ਆ ਲਓ ਪੁੱਤਰ 150 ਹੈਗਾ ਲੈ ਲਓ। ਨਹੀਂ, ਫਿਰ ਬਾਅਦ ਚੋਂ ਜਿਹੜਾ ਨਾ ਪੈਸੇ ਕਢਵਾਏ ਸੀ ਏਟੀਐਮ ਚੋਂ, ਤੇ ਫਿਰ ਜਾ ਕੇ ਕਿਤੇ ਅਸੀਂ ਘਰ ਪਹੁੰਚ ਗਏ, ਤਾਂ ਅਸੀਂ ਘਰ ਨਹੀਂ ਪਹੁੰਚਣਾ ਸੀ। ਬਾਕੀ ਜੀ ਹੁਣ ਨਾ ਪਾਪਾ ਮੈਂ ਤਾਂ ਦੋ ਟਾਫੀਆਂ ਖਾ ਲਈਆਂ, ਹੁਣ ਤਾਂ ਮੇਰੇ ਪੇਟ 'ਚ ਕੋਈ ਗੁੰਜਾਇਸ਼ ਹੀ ਨਹੀਂ ਰਹੀ। ਇਹ ਜੀ ਅਸੀਂ ਫੋਨ ਦਾ ਨਾ ਅੱਗੇ ਲੈ ਕੇ ਆਏ। ਇਹਨੂੰ ਕੀ ਚਾਹੀਦਾ ਵਾ? ਪਲੱਗ ਸਹੀ ਹੋ ਗਿਆ, ਐਵੇਂ ਦਾ ਹੋਣਾ ਚਾਹੀਦਾ ਚਾਰਜ। ਠੀਕ ਹੈ, ਖੁਸ਼ ਉਹ ਤਾਂ ਐਵੇਂ ਰਹਿ ਜਾਂਦਾ ਸੀ। ਹਾਂ, ਆਏ ਹੁਣ ਨਹੀਂ ਲੱਗਦਾ। ਸ਼ੁਕਰ ਹੈ ਫਿਰ ਪਜਾਵਾਂ ਤਾਂ ਕਰਨਾ ਤਾਂ ਗਈ। ਅੱਗੇ ਬਿਜਲੀ ਵਾਲੀ ਦੁਕਾਨ ਤੋਂ ਲਿਆਉਂਦੀ ਸੀ, ਇਸ ਵਾਰੀ ਮੋਬਾਈਲਾਂ ਵਾਲੀ ਤੋਂ ਲਿਆ। ਸਹੀ ਹੈ ਨਾ ਉਹ ਜਿਹੜੀ ਸਹੀ ਹੈ ਲੈ। ਚਲੋ ਜੀ ਹੁਣ ਨਾ ਪਾਪਾ ਰੋਟੀ ਖਾਣ ਲੱਗੇ ਨੇ। ਰੋਟੀ ਨਹੀਂ ਖਾਣ ਲੱਗਾ ਮੈਂ, ਨਾਸ਼ਤਾ ਕਰਾਂ ਲੱਗਾ। ਹੈ ਤੁਸੀਂ ਨਾਸ਼ਤਾ ਨਹੀਂ ਕੀਤਾ ਸੀ? ਤਾਂ ਨਾਸ਼ਤਾ ਦਿੱਤਾ ਤੇ ਸੀ, ਪਤਾ ਤਾਂ ਹੈ ਸੀ ਮੈਂ ਦੱਸਿਆ ਸੀ। ਅੱਛਾ, ਹਮਕੋ ਸਿਖਾ ਰਿਹਾ ਹੈ ਇਹ ਹੁਣ ਕਿੰਨੇ ਮਨਾਇਆ ਪਾਪਾ ਭਾਈ ਸਾਡੇ ਕੁਛ ਹੁਣ ਉਹ ਕਿੰਨੇ ਮਨਾਇਆ ਗੱਲ ਤਾਂ ਸਾਰੀ ਆ ਨਾ, ਅਗਲੇ ਬੰਦੇ ਦੀ ਕੋਈ ਅਹਿਮੀਅਤ ਹੀ ਨਹੀਂ ਹੈ ਨਾ ਹੈ ਪਾਪਾ ਨਜ਼ਰ ਦੇ ਵਿੱਚ। ਇਹਨਾਂ ਨੇ ਵੀ ਭੌਂਕਦੀ ਤੇ ਭੌਂਕੀ ਚੱਲੇ, ਇਸ ਹਿਸਾਬ ਤੇ ਰੁੱਸਿਆ ਕਰੋ, ਉਹਨਾਂ ਕੋ ਰੁੱਸਿਆ ਕਰੋ ਜਿਹੜਾ ਜਿੰਨੀ ਕੁ ਦੇਰ ਮਤਲਬ ਭੁੱਖ ਬਰਦਾਸ਼ਤ ਕਰ ਲਵੇ। ਅਕਸਰ ਮੇਰੇ ਨਾਲ ਐਵੇਂ ਹੁੰਦਾ, ਜਿਸ ਦਿਨ ਮੈਂ ਘਰ ਆ ਰਿਹਾ ਰੁੱਸੀ ਹੁੰਦੀ ਹੈ, ਮੇਰਾ ਮੈਨੂੰ ਗੁੱਸਾ ਹੁੰਦਾ, ਉਸ ਦਿਨ ਮੇਰੀ ਮੰਮਾ ਮੇਰੀ ਫੇਵਰੇਟ ਚੀਜ਼ ਪਕਾ ਰਹੇ ਨੇ, ਨਾ ਬੰਦਾ ਮੰਨਣ ਜੋਗਾ, ਨਾ ਖਾਣ ਜੋਗਾ, ਨਾ ਹੋਰ ਨਾ ਕੁਛ। ਆ ਨਹੀਂ ਖਾਣਾ, ਠੰਡਾ ਹੋਇਆ ਪਿਆ। ਚਲੋ ਜੀ ਹੁਣ ਮੈਂ ਵੀ ਰੋਟੀ ਖਾ ਲਵਾਂ, ਮੈਨੂੰ ਵੀ ਭੁੱਖ ਲੱਗੀ ਹੋਈ ਹੈ, ਤੇ ਫਿਰ ਸੁੱਤੀਆਂ ਪਈਆਂ ਨੇ ਉਹਨਾਂ ਨੂੰ ਉਠਾਈਏ ਤੇ ਟਿਊਸ਼ਨ ਵੀ ਜਾਣਾ ਹੈਗਾ। ਮਸ਼ਾਲਾ ਜੀ ਟਾਈਮ ਹੋ ਗਿਆ ਤਕਰੀਬਨ 5 ਵੱਜ ਚੁੱਕੇ ਨੇ, ਤੇ ਜੀ ਹੁਣ ਘਰ ਦਾ ਹਾਲ ਨਾ ਬਿਲਕੁਲ ਵਿਗੜ ਚੁੱਕਿਆ, ਕੱਲ ਨਾਲੋਂ ਵੀ ਅਸਲੋ ਹੀ ਗਿਆ ਗੁਜ਼ਰਿਆ। ਇੱਧਰ ਵੇਖੋ, ਆ ਵੇਖੋ ਕੰਧਾਂ ਛੰਦਾਂ ਸਾਰਾ ਕੁਛ ਢਾਹ ਢੂ ਦਿੱਤਾ, ਮਤਲਬ ਹੁਣ ਤਾਂ ਵੇਖਣ ਦੇ ਕਾਬਲ ਵੀ ਨਹੀਂ ਰਿਹਾ। ਵੇਖ ਕੇ ਵੀ ਨਾ ਅਜੀਬ ਜਿਹਾ ਹੀ ਲੱਗਦਾ ਵੀ ਇਹ ਸਾਡਾ ਹੀ ਘਰ ਹੈ ਜਿਹਦੇ 'ਚ ਅਸੀਂ ਰਹਿੰਦੇ ਸੀ। ਪਾਪਾ ਕੀ ਹੋ ਗਿਆ? ਬੈਠਕ ਵੇਖੋ, ਹਾਏ ਅੱਲਾ
ਹੈਲੋ ਇੱਥੇ ਅਸੀਂ ਲਾਈਵ ਬੈਂਦੇ ਹੁੰਦੇ ਸੀ ਰਾਤ ਨੂੰ ਹੈਲੋ ਜੀ ਅਸੀਂ ਇੱਥੇ ਵਲੌਗ ਸ਼ੁਰੂ ਕਰੀਦਾ ਹੁੰਦਾ ਸੀ ਸਵੇਟਾ ਕੱਲ ਸਵੇਰੇ ਇੱਥੇ ਵਲੌਗ ਸ਼ੁਰੂ ਕਰਾਂਗੇ ਵੇਖਾਂਗੇ ਕੀ ਬਣਦਾ ਤੋਬਾ ਹਾਂਜੀ ਕੰਮ ਕੰਮ ਭਾਈ ਕੰਮ ਕਰਨ ਲਈ ਅਸੀਂ ਪੈਦਾ ਹੀ ਨਹੀਂ ਹੋਏ ਚੱਲ ਝੂਠਾ ਸਹੀ ਗੱਲ ਹੈ ਨਾ ਬਾਬਾ ਅਸੀਂ ਪਹਿਲੇ ਨਾਲ ਹੀ ਪੈਦਾ ਹੋਏ ਇਹ ਵੇਖੋ ਜੀ ਆਹ ਸਾਰਾ ਹੁਣ ਫਿਲਹਾਲ ਦਾ ਸੀਨ ਚੱਲ ਰਿਹਾ ਵੀ ਅਸਲਾਂ ਹੀ ਨਾ ਘਟਾਪ ਗਈ ਸਾਡੀ ਬੈਠਕ ਵਿਚਾਰੀ ਹਾਂ ਵੀ ਗੱਲ ਸਹੀ ਹੈ ਸਾਰੀ ਗੱਲ ਉਹ ਵੇਖੋ ਹੈਲੋ ਜ਼ੈਨ ਲਓ ਜੀ ਜ਼ੈਨ ਸੈਨ ਅੱਜ ਖਾਰ ਹੈਂ ਇੱਥੇ ਆ ਜਾਈਏ ਚਲੋ ਜੀ ਜ਼ੈਨ ਸੈਨ ਕੋਲ ਚੱਲਦੇ ਹਾਂ ਜ਼ੈਨ ਸੈਨ ਮਾਸ਼ਾਅੱਲਾ ਖਾਂਦਾ ਨੇ ਜੀ ਰੋਟੀ ਕਿਉਂਕਿ ਇਹਨਾਂ ਦਾ ਟਾਈਮ ਹੋਣ ਵਾਲਾ ਵਾ ਦਰਸ ਜਾਣ ਦਾ ਠੀਕ ਹੈ ਇਸ ਵਾਸਤੇ ਕਹਿੰਦੇ ਵੀ ਅਸੀਂ ਫਟਾਫਟ ਰੋਟੀ ਛੋਟੀ ਖਾ ਲਈਏ ਹੋਰ ਸੁਣਾਓ ਅਭੀ ਮੈਂ ਪ੍ਰੈਕਟੀਕਲ ਕਰਸਾ ਹੈ ਬਹੁਤ ਅੱਛਾ ਆਇਆਂਗੇ ਤਿੰਨ ਚਾਰ ਤੂੰ ਨਾ ਤਿੰਨ ਚਾਰ ਨੰਬਰ ਨਹੀਂ ਤੀਆਂ ਨੰਬਰਾਂ ਦਾ ਹੁੰਦਾ ਵਾ ਅੱਜ ਤਾਂ ਮੈਨੂੰ ਵਾਈਵਾ ਵੀ ਆ ਗਿਆ ਸੀ ਵਾਈਵਾ ਕੀ ਹੁੰਦਾ ਉਸ ਬਾਰੇ ਨਹੀਂ ਸੁਣਦੇ ਦੋ ਸਵਾਲ ਬਸ ਆਮੀਨ ਵਾਲੀਕੁਮ ਤੂੰ ਮੇਰੇ ਪਿੱਛੇ ਪਿੱਛੇ ਹੀ ਆ ਗਈ ਟਿਊਸ਼ਨੋਂ ਤੇ ਮੈਂ ਤੈਨੂੰ ਕਿਹਾ ਸੀ ਨਾ ਮੈਂ ਨਾਲ ਚਲੀ ਗਈ ਉਹ ਬਸ ਫਿਰ ਮੈਨੂੰ ਛੇਤੀ ਸੀ ਮੈਂ ਜਾਣਾ ਵਾ ਘਰ ਹੋਰ ਸੁਣਾਓ ਠੀਕ ਜੇ ਵਾਵਾ ਦਿਨਾਂ ਬਾਅਦ ਆਪਣੀ ਮੁਲਾਕਾਤ ਹੋਈ ਹੈ ਕਿਵੇਂ ਵਾਵਾ ਦਿਨਾਂ ਬਾਅਦ ਤੇ ਹੋਰ ਰੋਜ਼ ਰਾਤ ਨੂੰ ਹੁੰਦੀ ਆਵਾ ਸਿਆ ਵੀ ਗੱਲ ਹੈਗੀ ਰੋਜ਼ ਰਾਤ ਨੂੰ ਹੁੰਦੀ ਪਰ ਆਪਾਂ ਰੋਜ਼ ਰਾਤ ਨੂੰ ਆਪਣੇ ਲੜਾਈਆਂ ਹੀ ਨਹੀਂ ਮੁੱਕਦੀਆਂ ਹੈਂ ਮੈਨੂੰ ਪਤਾ ਮੈਂ ਚਲ ਆਲੀਆਂ ਟਾਫੀਆਂ ਖਾਧੀਆਂ ਨਾ ਮੈਂ ਵੀ ਖਾਧੀਆਂ ਨੇ ਉਹ ਮੈਂ ਲੈ ਕੇ ਆਈ ਸੀ ਪੰਜ ਰੁਪਏ ਦੀ ਦੋ ਦੋ ਹਾਂ ਸਾਨੂੰ ਵੀ ਦੋ ਦੋ ਹੀ ਮਿਲੀਆਂ ਬਾਕੀ ਚਲੋ ਜੀ ਹੁਣ ਜਿਹੜਾ ਨਾ ਚਲੋ ਜੀ ਰੱਜੇ ਆ ਜੇ ਨਾ ਚਲੋ ਜੀ ਹੁਣ ਨਾ ਵਾਹਵਾ ਸਾਰਾ ਟਾਈਮ ਹੋ ਗਿਆ ਹੁਣ ਮੰਮਾ ਨੂੰ ਕਹੀ ਮੰਮਾ ਜੀ ਮੰਮਾ ਮਰ ਲਈ ਵੀ ਰੋਟੀ ਬਣਾ ਦਿਓ ਹਾਂਜੀ ਬਣੀ ਗਈ ਹੈ ਚਲੋ ਜੀ ਪਾਪਾ ਨੂੰ ਲਿਆਣੇ ਪਾਪਾ ਨੂੰ ਕਹਿੰਦੇ ਪਾਪਾ ਚਲੋ ਆਓ ਆਪਾਂ ਵੀ ਹੁਣੇ ਹੁਣੇ ਰੋਟੀ ਖਾਈਏ ਤਾਂ ਕਿ ਅੱਜ ਜੀ ਮੰਮਾ ਦਾ ਕੰਮ ਸਾਨ ਕਰੀਏ ਠੀਕ ਹੈ ਅਤੇ ਫਿਰ ਮੇਰੀ ਮੰਮਾ ਵਿਚਾਰੀ ਨੂੰ ਟੈਨਸ਼ਨ ਲੱਗੀ ਰਹਿੰਦੀ ਵੀ ਹਲੇ ਆਹ ਵੀ ਕਰਨ ਵਾਲਾ ਪਿਆ ਅਤੇ ਹਲੇ ਆਹ ਵੀ ਕਰਨ ਵਾਲਾ ਪਿਆ ਇੱਕ ਮੇਰੀ ਮੰਮਾ ਵਿਚਾਰੀ ਥੱਕੀ ਪਈ ਹੈ ਮਾਸ਼ਾਅੱਲਾ ਜੀ ਟਾਈਮ ਹੋ ਗਿਆ ਤਕਰੀਬਨ ਆਇਸ਼ਾ ਦੀਆਂ ਅਜ਼ਾਨਾਂ ਹੋਣ ਵਾਲੀਆਂ ਨੇ ਠੀਕ ਹੈ ਅਤੇ ਆਹ ਹੁਣ ਨਾ ਮੈਂ ਤੁਹਾਨੂੰ ਇੱਕ ਬੜੀ ਅਜੂਬਾ ਵਰਗੀ ਚੀਜ਼ ਵਹਾਨੀ ਹਾਂ ਇੱਧਰ ਵੇਖੋ ਆਹ ਇੱਦਾਂ ਮੇਰੀ ਮੰਮਾ ਅੰਡੇ ਧੋ ਧੋ ਕੇ ਰੱਖ ਲੈਂਦੀ ਵੀ ਇਹ ਕਿਹੜੀ ਗੱਲ ਹੋਈ ਵੀ ਮੰਮਾ ਤੁਸੀਂ ਸਾਰੇ ਅੰਡੇ ਧੋਂਦੇ ਜੇ ਹੁਣ ਮੇਰੀ ਮੰਮਾ ਇਹਨਾਂ ਨੂੰ ਕਰੇਗੀ ਜੀ ਸਾਰਿਆਂ ਨੂੰ ਇੰਝ ਸਾਬਣ ਲੱਗ ਪਹਿਲਾਂ ਇੱਕ ਟੋਕਰੀ 'ਚ ਕੱਢ ਲਿਆ ਕੇ ਫਿਰ ਟੋਕਰੀ ਉੱਤੇ ਪਾਣੀ ਵਗਾਏਗੀ ਠੀਕ ਹੈ ਮਤਲਬ ਵੀ ਇੱਕ ਵਾਰੀ ਪਾਣੀ ਛਿੜਕੇਗੀ ਆਹ ਜਿਹੜਾ ਸਾਬਣ ਵਗੈਰਾ ਹੈ ਉਹ ਲੱਥ ਜਾਵੇ ਠੀਕ ਹੈ ਅਤੇ ਫਿਰ ਮੇਰੀ ਮੰਮਾ ਨੇ ਇਹਨਾਂ ਨੂੰ ਫਰਿੱਜ 'ਚ ਰੱਖਣਾ ਵੀ ਹੈ ਕੋਈ ਗੱਲ ਕਰਨ ਵਾਲੀ ਮੰਮਾ ਜੀ ਤੁਸੀਂ ਇੰਨੇ ਵਕਤ ਕਰਨੇ ਨੇ ਠੀਕ ਹੈ ਮੰਮਾ ਜੀ ਤੁਸੀਂ ਸਹੀ ਅਸੀਂ ਗਲਤ ਮੇਰੀ ਮੰਮਾ ਨੇ ਜੋ ਕਹਿਤਾ ਜੀ 100% ਸਹੀ ਹੋ ਗਿਆ ਅਤੇ ਬਾਕੀ ਚਲੋ ਜੀ ਉਹਨਾਂ ਕਾਫੀ ਟਾਈਮ ਹੋ ਗਿਆ ਵਾ ਇਸ਼ਾ ਦੀ ਅਜ਼ਾਨ ਹੋਣ ਵਾਲੀ ਹੈ ਅਤੇ ਅਸੀਂ ਵੀ ਵਜ਼ੂ ਕਰਕੇ ਨਮਾਜ਼ ਨਮੂਜ਼ ਪੜ੍ਹੀਏ ਠੀਕ ਹੈ ਅਤੇ ਤੁਸੀਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਇੱਕ ਅੱਛਾ ਪੈਰਾ ਕਮੈਂਟ ਕਰੋ ਅੱਛਾ ਹਮਕੋ ਸਿਖਾ ਰਿਹਾ ਹੈ
ਤੇ ਜੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਫਟਾਫਟ ਉਹ ਵੀ ਕਰ ਲਓ ਤੇ ਚਲੋ ਠੀਕ ਹੋਣਾ ਲਾਫੀਜ਼ ਕੌਣ ਕੌਣ ਆਂਡੇ ਧੋ ਕੇ ਰੱਖਦਾ ਹਾਂਜੀ ਉਹ ਵੀ ਦੱਸਿਆ ਜੇ ਠੀਕ ਹੈ ਚਲੋ ਠੀਕ ਲਾਫੀਜ਼